ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਮਾਛੀਵਾੜਾ ਸਾਹਿਬ ਦੇ ਨੇੜੇ ਪਿੰਡ ਝੁੰਗੀਆਂ ਵਿਖੇ ਵਾਪਰੀ ਇੱਕ ਘਟਨਾ ਵਿੱਚ ਆਪਣੀ ਪਤਨੀ ਸਰੀਤਾ ਔਰ ਫਰਾਦਾ ਦਾ ਤੇਜ਼ ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਪਤੀ ਵਿਨੋਦ ਕੁਮਾਰ ਫਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਇਹ ਪ੍ਰਵਾਸੀ ਮਜ਼ਦੂਰ ਪਿੰਡ ਝੁੰਗੀਆਂ ਦੇ ਕਿਸਾਨ ਸੋਹਣ ਸਿੰਘ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਰਹਿੰਦੇ ਸਨ ਅਤੇ ਉਸਦੇ ਹੀ ਘਰ ਨੌਕਰੀ ਕਰਦੇ ਸਨ। ਸਵੇਰੇ ਜਦੋਂ ਸੋਹਣ ਸਿੰਘ ਉੱਠਿਆ ਤਾਂ ਉਸਨੇ ਦੇਖਿਆ ਕਿ ਪਸ਼ੂਆਂ ਨੂੰ ਚਾਰਾ ਨਹੀਂ ਪਾਇਆ ਗਿਆ ਹੈ ਤਾਂ ਉਹ ਨੌਕਰ ਵਿਨੋਦ ਕੁਮਾਰ ਦੇ ਕਮਰੇ ਵਿੱਚ ਗਿਆ ਤਾਂ ਉੱਥੋਂ ਦਾ ਮੰਜਰ ਦੇਖ ਕੇ ਉਸਦੇ ਪੈਰਾਂ ਥੱਲੇ ਮਿੱਟੀ ਖਿਸਕ ਗਈ। ਉਸਨੇ ਦੇਖਿਆ ਕਿ ਵਿਨੋਦ ਕੁਮਾਰ ਦੀ ਪਤਨੀ ਮੰਜੇ 'ਤੇ ਲਹੂ ਲੁਹਾਨ ਪਈ ਸੀ, ਉਸਦਾ ਤੇਜ਼ ਧਾਰ ਹਥਿਆਰਾਂ ਨਾਲ ਗਲਾ ਵੱਢਿਆ ਹੋਇਆ ਸੀ ਅਤੇ ਮੌਕੇ ਤੋਂ ਨੌਕਰ ਵੀ ਫਰਾਰ ਸੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ 'ਤੇ DSPD ਅਤੇ ਥਾਣਾ ਮੁਖੀ ਰਜੇਸ਼ ਠਾਕਰ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗਰ ਦੀ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਫੋਨ 'ਤੇ ਸਾਨੂੰ ਇਤਲਾਹ ਮਿਲੀ ਕਿ ਸੋਹਣ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੁਰਜ ਕੱਚਾ ਮਾਛੀਵਾੜਾ ਸਾਹਿਬ ਦਾ ਕਿ ਉਹਨਾਂ ਦੇ ਘਰੇ ਇੱਕ ਸੀਰੀ ਰੱਖਿਆ ਹੋਇਆ ਸੀਗਾ ਰਾਜਕੁਮਾਰ ਅਤੇ ਨਾਲ ਉਹਦੀ ਘਰ ਵਾਲੀ ਸਰੀਤਾ ਉਹਦੇ ਘਰ 'ਚ ਰਹਿੰਦੇ ਸੀ। ਕੱਲ੍ਹ ਰਾਤ ਨੂੰ ਉਹ ਕਿਤੋਂ ਹੋਲੀ ਖੇਡ ਕੇ ਆਏ ਨੇ, ਹੋਲੀ ਖੇਡਣ ਤੋਂ ਬਾਅਦ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀਗੀ। ਅੱਜ ਸਵੇਰੇ ਜਦੋਂ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਡੰਗਰਾਂ ਨੂੰ ਪੱਠੇ ਨਹੀਂ ਪਾਏ ਹੋਏ ਸੀ ਅਤੇ ਉਹਨਾਂ ਜਾ ਕੇ ਜੋ ਦਰਵਾਜ਼ਾ ਖੜਕਾ ਕੇ ਦੇਖਿਆ ਜਿਹੜੇ ਉਹਦੀ ਵਾਈਫ ਆ ਸਰੀਤਾ ਦਾ ਗਲਾ ਕਿਸੇ ਤੇਜ਼ ਦਾ ਹਥਿਆਰ ਨਾਲ ਗਲਾ ਕੱਟਿਆ ਹੋਇਆ ਸੀ ਅਤੇ ਰਾਜਕੁਮਾਰ ਉਹ ਗਲਾ ਰੇਤ ਕੇ ਉੱਥੋਂ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਜੀ, ਜਿਸ ਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਦਰਜ ਕਰ ਲਿਆ 302 IPC 'ਚ ਅਤੇ ਹੁਣ ਰੇਡ ਕਰਕੇ ਰਾਜਕੁਮਾਰ ਨੂੰ ਅਰੈਸਟ ਕਰਨ ਦੀ ਚੱਲ ਰਹੀ ਹੈ।